ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ। ਅੱਜ ਵੀਰੇ ਗੱਲਾਂ ਕਰਾਂਗੇ। ਇੱਕ ਨਾ ਇੰਟਰਵਿਊ ਦੇਖੀ ਜਾਂਦਾ ਸੀ ਮੈਂ ਮਿੰਟੂ ਗੁਰਸਰੀਏ ਦੀ, ਉਹਨੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ। ਕਹਿੰਦਾ ਇੱਕ ਤਾਂ ਮੁੱਦਾ ਸੀ ਵੀ ਝੋਨਾ ਐਤਕੀ ਵਿਕੂਗਾ ਕਿ ਨਹੀਂ ਵਿਕੂਗਾ। ਬਾਈ ਜੀ, ਝੋਨਾ ਜਿਹੜਾ ਲੱਗ ਗਿਆ ਫਸਲ, ਚਾਹੇ ਕੋਈ ਵੀ ਆ, ਹੈ ਨਾ, ਚਾਹੇ ਤੁਸੀਂ ਜ਼ਹਿਰ ਵੀ ਲਾ ਦਿਓ, ਉਹ ਵੀ ਵਿਕਣੀ ਹੀ ਵਿਕਣੀ ਹੈ। ਕੋਈ ਵੀ ਚੀਜ਼ ਜਿਹੜੀ ਧਰਤੀ 'ਚੋਂ ਉੱਗੂਗੀ ਉਹ ਵਿਕੂਗੀ ਹੀ ਵਿਕੂਗੀ, ਹੈ ਨਾ। ਹਾਂ, ਇਹ ਹੋ ਸਕਦਾ ਵੀ ਕੁਛ ਲੇਟ ਅਤੇ ਕੁਛ ਦੁਰਵਰਤੋਂ ਨਾਲ ਵਿਕੇ, ਹੈ ਨਾ, ਵਪਾਰੀ ਜਾਂ ਆੜ੍ਹਤੀਏ ਜਾਂ ਸਰਕਾਰਾਂ ਨੱਕ ਮਾਰ ਮਾਰ ਕੇ ਲੈਣ, ਪਰ ਲੈਣੀ ਹੀ ਪਊਗੀ, ਹੈ ਨਾ। ਭਗਵੰਤ ਮਾਨ ਨੇ ਚਿੱਠੀ ਲਿਖਤੀ ਕੇਂਦਰ ਨੂੰ, ਕਿਉਂਕਿ ਜਿਹੜੇ ਸਟੋਰ ਨੇ ਨਾ ਉਹ ਭਰੇ ਪਏ ਨੇ ਹਜੇ ਤੱਕ। ਅਤੇ ਇਹ ਗੱਲ ਦਾ ਸਪਸ਼ਟੀਕਰਨ, ਬਹੁਤ ਟਾਈਮ ਦੀ ਚਰਚਾ ਚੱਲੀ ਜਾਂਦੀ ਹੈ, ਆੜ੍ਹਤੀਏ ਸ਼ਾਇਦ ਸਟ੍ਰਾਈਕ 'ਤੇ ਵੀ ਚਲੇ ਜਾਣ, ਹੈ ਨਾ। ਇੱਕ ਤਾਂ ਉਹਨਾਂ ਦਾ ਕਮਿਸ਼ਨ ਘਟਾ ਤਾ, ਅਤੇ ਬਾਕੀ ਗੱਲ ਆੜ੍ਹਤੀਏ ਨੇ ਦਾ ਰਿਸ਼ਤਾ ਜਿਵੇਂ ਜੱਟ ਦਾ ਸਿਰੀ ਨਾਲ ਹੁੰਦਾ, ਉਵੇਂ ਜੱਟ ਦਾ ਆੜ੍ਹਤੀਏ ਨਾਲ ਰਿਸ਼ਤਾ। ਆੜ੍ਹਤੀਏ 9 ਮਾਸ ਦਾ ਰਿਸ਼ਤਾ, ਪਰ ਆੜ੍ਹਤੀ ਤੋਂ ਬਿਨਾਂ ਜੱਟ ਜ਼ਿਮੀਂਦਾਰ ਕੁਛ ਵੀ ਨਹੀਂ ਹੈਗਾ ਬਈ, ਜਿਹੜੇ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਮੋਸਟਲੀ ਪੰਜਾਬ ਦੇ ਵਿੱਚ ਰਕਬਾ ਮਿਡਲ ਕਲਾਸ ਵਾਲਾ ਹੀ ਹੈ, ਠੀਕ ਹੈ। 7-8 ਕਿੱਲਿਆਂ ਵਾਲੇ ਮਿਡਲ ਕਲਾਸ ਹੁੰਦੇ ਨੇ, ਅਤੇ ਮੋਸਟਲੀ ਰਕਬਾ ਉਹੀ ਹੈ। ਅਤੇ ਇੱਥੇ ਗੱਲ ਕਰਾਂਗੇ ਝੋਨੇ ਦੇ ਪਕਾ ਬਾਰੇ। ਆ ਜੀ 75-01 ਹੈ, ਅਤੇ ਲਗਭਗ ਇਹ 15 ਕੁ ਦਿਨਾਂ ਨੂੰ ਵੱਢਿਆ ਜਾਣਾ। ਮੰਡੀ ਦੇ ਵਿੱਚ ਜਾਓਗੇ ਤੁਸੀਂ ਹੁਣ ਕਿਸੇ ਵੀ ਮੰਡੀ ਦੇ ਵਿੱਚ, ਤਾਂ ਦੇਖਿਓ ਮੰਡੀਆਂ ਖਾਲੀ ਪਈਆਂ ਨੇ, ਪਰ ਕੁਛ ਜ਼ਿਮੀਂਦਾਰ ਭਰਾ ਆਪਣੇ ਮੰਡੀਆਂ 'ਚ ਵੱਢ ਕੇ ਸੁੱਟ ਕੇ ਖਲਾਰੇ ਪਏ ਨੇ ਪੂਰੇ। ਤਾਂ ਵੀਰ ਮੇਰੇ ਉਹ ਟੈਂਪਰੇਚਰ ਬਹੁਤ ਜ਼ਿਆਦਾ, ਹੁਣ 5 ਵੱਜ ਗਏ ਅਤੇ 33 ਡਿਗਰੀ ਟੈਂਪਰੇਚਰ ਆ। ਜਦੋਂ ਮੈਂ ਵੀਡੀਓ ਬਣਾਈ ਸੀ ਉਦੋਂ ਪਹਿਲਾਂ ਦੇਖਿਆ, ਅਤੇ 33 ਡਿਗਰੀ ਟੈਂਪਰੇਚਰ ਬਹੁਤ ਹੁੰਦਾ ਬਈ, ਗਰਮੀ ਬਹੁਤ ਜ਼ਿਆਦੀ ਆ। ਨੋ ਡਾਊਟ ਰਾਤ ਨੂੰ ਤਰੇਲ ਪੈਣ ਲੱਗ ਗਈ ਅਤੇ ਠੰਡ ਹੋ ਗਈ, ਪਰ ਦਿਨੇ ਟੈਂਪਰੇਚਰ ਬਹੁਤ ਜ਼ਿਆਦਾ। ਇਹਨੇ ਬਹੁਤ ਛੇਤੀ ਪਕਣਾ ਬਈ, ਮੁੰਜਰਾਂ ਜਿਹੜੀਆਂ ਮੁਰਗੀਆਂ ਝੋਨਾ, ਤੁਸੀਂ ਮੰਡੀਆਂ ਦੇ ਵਿੱਚ ਜਾ ਕੇ ਤਾਂ ਖਿਲਾਰ ਲਓਗੇ, ਉੱਥੇ ਕੁਆਂਟਲਾਂ ਦੇ ਹਿਸਾਬ ਨਾਲ ਝੋਨਾ ਸੁੱਕੂਗਾ ਬਈ, ਸਿੱਧਾ ਹੀ ਕੁਆਂਟਲਾਂ ਦੇ ਹਿਸਾਬ ਨਾਲ ਝੋਨਾ ਸੁੱਕੂਗਾ। ਉਹਦੀ ਬਜਾਏ ਤੁਸੀਂ ਆਪਣੇ ਖੇਤ 'ਚ ਕਿਉਂ ਨਹੀਂ ਰਹਿਣ ਦਿੰਦੇ ਯਾਰ, ਹੈ ਨਾ। ਆਏ ਸਾਲ ਆਪਾਂ ਗਲਤੀ ਕਰਦੇ ਹਾਂ ਕਈ ਕਿਸਾਨ, ਆਪਾਂ ਖੇਤ 'ਚ ਪੱਕਣ ਦਈਏ ਫਸਲ ਨੂੰ ਆਪਦੀ ਨੂੰ ਯਾਰ। 1-2 ਮੋਇਸਚਰ ਤਾਂ ਚੱਲ ਚੱਲ ਜਾਂਦਾ, ਹੁਣ 26-26 27-27 ਮੋਇਸਚਰ ਝੋਨਾ ਕਿਵੇਂ ਲੈ ਲੂ ਯਾਰ ਸਰਕਾਰ, ਹੈ ਨਾ, ਕਿਵੇਂ ਸ਼ੈਲਰਾਂ ਵਾਲੇ ਲੈ ਲੈਣਗੇ। ਅਤੇ ਜਿਹੜੀ 26 ਵਰਾਇਟੀ ਉਹਦੀ ਤਾਂ ਟੁੱਟੀ ਬਹੁਤ ਆ ਬਈ, ਚੌਲ ਦੀ ਜਿੰਨਾ ਚੌਲ ਚਾਹੀਦਾ ਉਹਨਾਂ ਨਿਕਲਦਾ ਹੀ ਨਹੀਂ। ਵਪਾਰੀ ਆੜ੍ਹਤੀਏ ਸ਼ੈਲਰ ਵਾਲੇ ਸਾਰੇ ਰੋਈ ਜਾਂਦੇ ਨੇ ਵੀ 26 ਨਹੀਂ। ਉਦੋਂ ਤਾਂ ਭਗਵੰਤ ਮਾਨ ਨੇ ਬਿਆਨ ਦੇਤੇ ਚੌੜੇ ਹੋ ਗਏ ਵੀ 26-27 ਜਿਹੜਾ ਮਰਜ਼ੀ ਬੀਜੋ ਬਈ, ਸਾਰੇ ਅਸੀਂ ਚੱਕਾਂਗੇ। ਹੁਣ ਚਿੱਠੀਆਂ ਲਿਖੀ ਜਾਂਦਾ ਜੀ ਕੇਂਦਰ ਨੂੰ, ਮੈਂ ਤਾਂ ਚਿੱਠੀ ਲਿਖਤੀ, ਅੱਗੇ ਕੇਂਦਰ ਨਹੀਂ ਕੁਛ ਕਰਦੀ, ਕੇਂਦਰ ਨੇ ਬਾਂਹ ਪਾ ਰੱਖੀ ਹੈ, ਸਿੱਧੀ ਜੀ ਗੱਲ ਹੈ, ਕੇਂਦਰ ਤਾਂ ਕਰੂਗੀ ਤੰਗ। ਝੋਨਾ ਤੁਹਾਡਾ ਚੱਕਿਆ ਜਾਣਾ, ਮੁੱਦੇ ਬਹੁਤ ਨੇ ਬਈ ਜਿਹੜੇ ਹੁਣ ਗੀਤੇ ਨੇ, ਜਿਵੇਂ ਆਹ 75-01 ਹੈ, ਇਹ 15 ਦਿਨਾਂ ਨੂੰ ਵੱਢਿਆ ਜਾਣਾ। ਅਤੇ ਮੈਨੂੰ ਐਂ ਵੀ ਇਹਨੂੰ ਪੂਰਾ ਸੁਕਾ ਕੇ ਵੇਚੂੰਗਾ ਤਾਂ ਮੈਂ ਵਧੀਆ ਰਹੂੰਗਾ, ਹੈ ਨਾ। ਅਤੇ ਜੇ ਅੱਜ ਹੀ ਇਹਨੂੰ ਹਫ਼ਤੇ ਨੂੰ ਮੈਂ ਕਾਹਲੀ ਕਰ ਲਾਂ, ਸਬਰ ਨਾ ਰੱਖਾਂ, ਜਿੱਥੇ 4 ਮਹੀਨੇ ਸਬਰ ਰੱਖ ਲਿਆ ਉੱਥੇ 2 ਦਿਨ ਹਫ਼ਤਾ ਵੀ ਨਹੀਂ ਸਬਰ ਰੱਖ ਸਕਦੇ ਯਾਰ, ਹੈ ਨਾ। ਅੱਗੇ ਕੰਡੀਸ਼ਨ ਦੇਖ ਕੇ ਬਈ, ਅਤੇ ਆਹ ਹੈਗੀ ਆ ਵਰਾਇਟੀ ਇੱਧਰ ਮੇਰੇ ਪਿੱਛੇ ਸਾਵਾ 127, ਸਪਰੇਅ ਬਾਰੇ ਵੀ ਦੱਸੂੰਗਾ ਤੁਹਾਨੂੰ, ਸਪਰੇਅ ਬਾਰੇ ਵੀ ਗੱਲ ਕਰਾਂਗੇ। ਅਤੇ ਉਹ ਹੈਗੀ ਹੈ ਜੀ 126 ਵਰਾਇਟੀ, ਜਿਹੜੀਆਂ ਵੀਰੇ ਛੋਟੀਆਂ ਵਰਾਇਟੀਆਂ ਨੇ ਉਹਨਾਂ ਨੂੰ 4-4 ਗੱਟੇ ਵੀ ਯੂਰੀਆ ਪੈ ਚੁੱਕੀ ਹੈ, ਇਹ ਸਿਚੁਏਸ਼ਨ ਆਈ ਹੈ, ਠੀਕ ਹੈ। ਅਤੇ ਜਿਹੜੀਆਂ ਲੰਮੀਆਂ ਵਰਾਇਟੀਆਂ ਨੇ ਉਹਨਾਂ ਨੂੰ ਤਾਂ ਪੈਣੀ ਹੈ ਬਈ, 3-3.5 ਗੱਟੇ ਆਮ ਹੈ, ਪਰ ਹਾਈਬ੍ਰਿਡ ਝੋਨੇ ਨੂੰ ਜਿੰਨੀ ਯੂਰੀਆ ਘੱਟ ਰੱਖੀ ਹੈ ਐਤਕੀ ਉਨੇ ਵਧੀਆ ਰਹੇ ਨੇ। ਤੇਲੇ ਦੀ ਹਜੇ 1% ਵੀ ਸ਼ਿਕਾਇਤ ਨਹੀਂ ਹੈਗੀ, ਕੋਈ ਕੋਈ ਖੇਤਾਂ ਦੇ ਵਿੱਚ ਜਿੱਥੇ ਨਹਿਰੀ ਪਾਣੀ ਜ਼ਿਆਦਾ ਲੱਗਦੇ ਆ ਜਾਂ ਪਾਣੀ ਮਾੜੇ ਆ ਜਾਂ ਪਾਣੀ ਆਪਾਂ ਸੁੱਕਣ ਹੀ ਨਹੀਂ ਦਿੱਤਾ 40-45 ਦਿਨਾਂ 'ਤੇ ਜਦੋਂ ਗੱਬੇ 'ਤੇ ਆਇਆ ਝੋਨਾ,
ਉੱਥੇ ਤੇਲਾ ਹੈਗਾ ਵੀਰੇ, ਉੱਥੇ ਸੁੰਡੀ ਦਾ ਅਟੈਕ ਵੀ ਜ਼ਿਆਦਾ, ਠੀਕ ਹੈ, ਉਹਦਾ ਆਪਦਾ ਸੋਚ ਵਿਚਾਰ ਕਰ ਲਿਓ। ਜਾਂ ਜਿਹੜੀ ਵਰਾਇਟੀ ਤੁਹਾਨੂੰ ਐਂ ਲੱਗਦੀ ਹੈ ਵੀ ਡਿੱਗੂਗੀ, ਕੱਦ ਜ਼ਿਆਦਾ ਹੋ ਗਿਆ, ਜਿਵੇਂ ਮੇਰੇ ਕੋਲ 28-65 ਆਪਦਾ ਕੱਦ ਬਹੁਤ ਜ਼ਿਆਦਾ ਹੋ ਗਿਆ ਵੀਰੇ, 4.5 ਫੁੱਟ 'ਤੇ ਚਲਾ ਗਿਆ, ਅਤੇ ਉਹਦੇ 'ਤੇ ਮੈਂ ਹੁਣ ਸਪਰੇਅ ਕਰਤੀ, ਕੁਛ ਅੱਜ ਕੀਤੀ ਹੈ, ਕੁਛ ਰਕਬੇ 'ਤੇ, ਕੁਛ ਥੋੜ੍ਹੇ ਦਿਨ ਹੋ ਗਏ ਉਦੋਂ ਕਰਤੀ ਸੀ, ਕੋਈ ਮਹਿੰਗੀ ਦਵਾਈ ਨਹੀਂ ਕੀਤੀ ਵੀਰੇ, 1000 ਰੁਪਇਆ ਕਿੱਲਾ ਪਿਆ, ਧਨੂਕਾ ਕੰਪਨੀ ਦੀ ਕਰੀ ਹੈ ਵੀਰੇ, ਉਹਦੇ ਵਿੱਚ ਅਜੋਕਸੀ ਟੈਬੂਕੋਨਾਜੋਲ ਕਰਤੀ, ਪਾਇਮੈਟਰਾਜਨ ਚੈਸ ਵਾਲਾ ਸਾਲਟ ਕਰਤਾ, ਅਤੇ ਸੁੰਡੀ ਨੂੰ ਕੁਛ ਖੇਤਾਂ 'ਚ ਕੋਰਾਜਨ ਕਰਤੀ ਵੀਰੇ, ਕੁਛ 'ਚ ਇੰਡੋਕਸਾ ਕਰਤੀ, ਦੋਨੇ 1000 ਰੁਪਈਏ ਕਿੱਲਾ ਪਿਆ। ਅਤੇ ਜਿਨ੍ਹਾਂ ਨੇ ਮੈਂ ਪਹਿਲਾਂ ਵੀਡੀਓ ਪਾਈ ਸੀ 15 ਅਗਸਤ ਤੋਂ ਬਾਅਦ ਟੈਕ ਆਊਗਾ, ਹੈ ਨਾ, ਕਈ ਖੇਤਰਾਂ ਦੇ ਵਿੱਚ ਆਇਆ ਵੀ ਹੈ, ਉਹਨਾਂ ਖੇਤਰਾਂ 'ਚ ਆਇਆ ਵੀਰੇ ਜਿੱਥੇ ਤੁਹਾਡੇ ਕੋਲ ਯੂਰੀਆ ਆਪਾਂ 4 ਗੱਟਿਆਂ ਤੋਂ ਟਪਾ ਤੀ। ਆਹ ਹੁਣ ਜਿਵੇਂ ਉਹ ਝੋਨਾ ਸੀ ਮੇਰਾ 75-01, ਉੱਥੇ ਮੈਂ 2.5 ਗੱਟੇ ਪਾਏ ਨੇ ਵੀਰੇ, ਅਤੇ ਤੇਲੇ ਦਾ ਨਾਂ ਨਿਸ਼ਾਨ ਨਹੀਂ ਹੈਗਾ। ਆਹ ਸਾਵਾ 127 ਹੈ, ਇਹਦੇ 'ਚ 3 ਗੱਟੇ ਪਾਏ ਆ, ਇਹਦੇ 'ਚ ਵੀ ਨਾਂ ਨਿਸ਼ਾਨ ਨਹੀਂ ਹੈਗਾ। 28-67 ਦੇ ਵਿੱਚ ਕਿਸੇ 'ਚ 3.5 ਪੈ ਗਏ, ਕਿਸੇ 'ਚ 4 ਪੈ ਗਏ, ਔੜ ਜ਼ਿਆਦਾ ਸੀ, ਉਹਦੇ 'ਚ ਵੀ ਹਜੇ ਨਹੀਂ ਹੈਗਾ, ਪਰ ਡਰਦੇ ਨੇ ਹੀ ਸਪਰੇਅ ਕਰਤੀ। ਤੇਲਾ ਹਮੇਸ਼ਾ ਜਦੋਂ 28 ਡਿਗਰੀ ਤੋਂ ਥੱਲੇ ਟੈਂਪਰੇਚਰ ਹੋਊਗਾ, 27-28 ਹੋਇਆ, ਜਦੋਂ ਉਹਦੀ ਫੇਵਰੇਬਲ ਕੰਡੀਸ਼ਨ ਹੋਈ, ਤਾਂ 2-3 ਦਿਨਾਂ ਦੇ ਵਿੱਚ ਹੀ ਵੱਧ ਜਾਣਾ, ਹੈ ਨਾ, ਉਹਨੇ ਪੁੱਛਣਾ ਨਹੀਂ ਗਾ ਤੁਹਾਡੇ ਤੋਂ, ਤਾਂ ਕਰਕੇ ਸਪਰੇਅ ਕਰੀ ਜਾਂਦੇ ਹਾਂ ਵੀ ਬੂਰ 'ਤੇ ਮੁੜ ਕੇ 10 ਦਿਨ ਇਹਨੂੰ ਛੇੜਨਾ ਨਹੀਂ। ਜਿਵੇਂ ਆਹ ਝੋਨਾ, ਜੇ ਹੁਣ ਇਹਦੇ ਵਿੱਚ ਵੜੂੰਗਾ ਤਾਂ ਨੁਕਸਾਨ ਕਰ ਲੂੰਗਾ ਮੈਂ, ਪਰ ਜੇ ਹੁਣ ਇਹਦੇ 'ਚ ਤੇਲਾ ਆ ਗਿਆ, ਸਪਰੇਅ ਨਹੀਂ ਕੀਤੀ ਤੁਸੀਂ ਸਿਸਟਮੈਟਿਕ, ਤਾਂ ਨੁਕਸਾਨ ਹੈ ਇਹਨੂੰ। ਹਾਈਟ ਜੇ ਜ਼ਿਆਦਾ ਹੋਵੇ ਤਾਂ ਡਿੱਗਣ ਦੀ ਸਮੱਸਿਆ ਜ਼ਿਆਦਾ ਆ ਜਾਂਦੀ ਹੈ, ਫੰਗਸ ਇੱਕੋ ਦਮ ਵੱਧ ਜਾਂਦੀ ਹੈ, ਇਸ ਕਰਕੇ ਡਰਦੇ ਸਪਰੇਹਾਂ ਕਰੀ ਜਾਂਦੇ, ਹੋਰ ਕੋਈ ਐਡੀ ਗੱਲ ਨਹੀਂ ਹੈਗੀ ਤੇਲੇ ਤੁਲੇ ਵਾਲੀ। ਠੀਕ ਹੈ, ਜਿਹੜੇ ਭਰਾਵਾਂ ਨੇ ਹਜੇ ਤੱਕ ਨਹੀਂ ਕੀਤੀ ਝੋਨਾ, ਹਜੇ ਮਤਲਬ ਬੂਰ 'ਤੇ ਆ, ਤਾਂ ਰੁਕ ਜਾਓ, ਟੈਂਪਰੇਚਰ ਬਹੁਤ ਜ਼ਿਆਦਾ ਬਈ, ਹੈ ਨਾ, ਇੰਨਾ ਟਾਈਮ 26-25-26 ਟੈਂਪਰੇਚਰ ਨਹੀਂ ਹੁੰਦਾ, ਉਨਾ ਟਾਈਮ ਤੇਲੇ ਦਾ ਵੱਸ ਨਹੀਂ ਚੱਲਣਾ, ਤੇਲੇ ਦੀ ਫੇਵਰੇਬਲ ਕੰਡੀਸ਼ਨ ਹੀ ਨਹੀਂ ਹੈਗੀ, ਅਤੇ ਇੰਨੀ ਔੜ ਆ, ਪਾਣੀ ਲਾਉਣੇ ਉਹ ਨਾਲ ਦੀ ਨਾਲ ਸੁੱਕ ਜਾਂਦਾ, ਹੈ ਨਾ, ਪਾਣੀ ਲਾਉਣੇ ਆਪਾਂ ਨਾਲ ਦੀ ਨਾਲ ਸੁੱਕ ਜਾਂਦਾ। ਅਤੇ ਕੁੱਲ ਮਿਲਾ ਕੇ ਵਧੀਆ ਐਤਕੀ ਸਿਚੁਏਸ਼ਨ ਆ ਝੋਨੇ ਦੀ, ਜੇ ਆਹ ਮਹੀਨਾ ਅਤੇ ਅਗਲੇ ਮਹੀਨੇ ਦੇ 15 ਦਿਨ ਵਧੀਆ ਰਹੇ, ਯਾਨੀ ਕੁੱਲ ਮਿਲਾ ਕੇ ਜੇ 20-25 ਦਿਨ ਵਧੀਆ ਰਹਿ ਗਿਆ ਮੌਸਮ, ਇਸੇ ਹਿਸਾਬ ਨਾਲ ਰਿਹਾ, ਰਾਤ ਨੂੰ ਪੂਰੀ ਵਧੀਆ ਠੰਡ ਹੁੰਦੀ ਹੈ, ਤਰੇਲ ਪੈ ਜਾਂਦੀ ਹੈ, ਦਿਨੇ ਗਰਮੀ ਆ, ਤਾਂ ਬਿਮਾਰੀ ਆਉਣੀ ਨਹੀਂ, ਪਿਛਲੇ ਸਾਲ ਵੀ ਬਹੁਤ ਘੱਟ ਆਇਆ ਸੀ ਤੇਲਾ। ਅਤੇ ਜੇ ਇੱਕੋ ਦਮ ਠੰਡ ਹੋ ਗਈ ਤਾਂ ਫਿਰ ਆਪਾਂ ਨੂੰ ਤੇਲੇ ਸਪਰੇਅ ਕਰਨੀ ਹੀ ਪਊਗੀ। ਬਾਕੀ ਮੈਨੂੰ ਕਮੈਂਟ ਜ਼ਰੂਰ ਕਰਿਓ ਕਿਹੜੀ ਵਰਾਇਟੀ ਤੁਸੀਂ ਲਾਈ ਹੈ, ਕਿਹੜੀ ਸਪਰੇਅ ਕਰਤੀ ਵੀਰੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਯੂਟਿਊਬ 'ਤੇ ਦੇਖ ਰਹੇ ਹੋ, ਜੇ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ, ਨਵੀਆਂ ਵੀਡੀਓ ਪੈਂਦੀਆਂ ਰਹਿਣੀਆਂ ਬਾਈ, ਜਦੋਂ ਵੱਢੂ ਝੋਨੋ ਉਦੋਂ ਵੀ ਆਊਟਪੁੱਟ ਦਊਂ 3-4 ਵਰਾਇਟੀਆਂ ਦੀ, ਬਾਸਮਤੀ ਦੀ ਵੀ ਕੱਲ੍ਹ ਇੱਕ ਵੀਡੀਓ ਪਾਊਂਗਾ ਮੈਂ। ਅਤੇ ਆਹ ਪਏ ਨਟੀਵੋ ਦੇ ਪੈਕਟ, ਬਹੁਤ ਪ੍ਰਮੋਸ਼ਨ ਕਰਵਾਈ ਹੈ ਐਤਕੀ ਇਹਨਾਂ ਨੇ ਬਾਇਰ ਵਾਲਿਆਂ ਨੇ ਨਟੀਵੋ ਦੀ, ਯੂਟਿਊਬਾਂ ਤੋਂ, ਇਨਫਲੂਐਂਸਰਾਂ ਤੋਂ, ਅਤੇ ਬਹੁਤ ਵਿਕਿਆ ਨਟੀਵੋ ਇਹਦੇ ਨਾਲੋਂ, ਹਾਲਾਂਕਿ ਬਹੁਤ ਸਸਤੇ ਅਤੇ ਬਹੁਤ ਵਧੀਆ ਫੰਗੀਸਾਈਡ ਹੋਰ ਵੀ ਹੈਗੇ ਨੇ। ਬਾਕੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ, ਥੈਂਕ ਯੂ ਸੋ ਮਚ।